بسم اللہ الرحمن الرحیم معزز حاضرین اج دا ਭਾਗਾਵਾਲਾ ਦਿਨ ਕੇ پیر سید وارث ਸ਼ਰਾਮਤullah ਲਾਦਾ ਉਰਸ ਮੇਲਾ ਜਾਰੀ ਹੋ ساری ਇਸ ਭਾਗਾਵਾਲੇ ਦਿਨ ਤੇ اور بابا جی وارثਾ ਸਰਕਾਰ ਦੇ ਉਰਸ ਦੇ ਮੌਕੇ ਤੇ ਹਸਨੈਨ ਅਕਬਰ ਬਾਬਾ ਗਰੁੱਪ ਨੇ ਆਪਣੇ ਪੰਜਾਬੀ ਪਿਆਰਿਆਂ ਵਾਸਤੇ ਇੱਕ ਗਿਫਟ ਜਿਹੜਾ ਉਹ ਬਣਾਇਆ ਹੈ ਤਾਂ ਕਿ ਆਪਣੇ ਇਹਨਾਂ ਵੀਰਾਂ ਨੂੰ ਪੰਜਾਬੀਆਂ ਨੂੰ ਤੋਹਫਾ ਦਿੱਤਾ ਜਾਵੇ ਮੇਲੇ ਦੀ ਖੁਸ਼ੀ ਦੇ ਮੌਕੇ ਤੇ ਉਹ ਕਿਹੜਾ ਤੋਹਫਾ ਹੈ ਉਹ ਤੋਹਫਾ ਹੈ ਵਾਰਿਸ ਸ਼ਾ ਮਿਊਜ਼ੀਅਮ ਦਾ ਵਾਰਿਸ ਸ਼ਾ ਮਿਊਜ਼ੀਅਮ ਇਹਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਪੁਰਾਣੇ ਦੌਰ ਪੁਰਾਣਾ ਜ਼ਮਾਨਾ ਉਹ ਚੀਜ਼ਾਂ ਜਿਹੜੀਆਂ ਪੀਰ ਵਾਰਿਸ ਸ਼ਾ ਰਮਤੁੱਲਾ ਲੈ ਔਰ ਉਹਨਾਂ ਦੇ ਨਾਲ ਨਾਲ ਸਾਡੇ ਵਸੇਬ ਦੇ ਲੋਕ ਸਾਡੇ ਪੰਜਾਬ ਦੇ ਲੋਕ ਸਾਡੇ ਕਲਚਰ ਨਾਲ ਜੁੜੇ ਹੋਏ ਲੋਕ ਇਹ ਚੀਜ਼ਾਂ ਇਸਤੇਮਾਲ ਕਰਦੇ ਸਨ ਸਾਡੇ ਵੱਡੇ-ਵਡੇਰੇ ਇਹ ਚੀਜ਼ਾਂ ਇਸਤੇਮਾਲ ਕਰਦੇ ਸਨ ਤੇ ਸਾਡੀ ਜਿਹੜੀ ਨਵੀਂ نسل ਏ ਇਹ ਆਪਣੀ ਸਕਾਫਤ ਆਪਣਾ ਕਲਚਰ ਆਪਣੀ ਮਾਂ ਬੋਲੀ ਜ਼ਬਾਨ ਪੰਜਾਬੀ ਇਹਨੂੰ ਭੁੱਲਦੀ ਜਾਂਦੀ ਏ ਕੋਸ਼ਿਸ਼ ਇਹ ਕੀਤੀ ਏ ਕਿ ਸੈਦ ਵਾਰਿਸ਼ ਸ਼ਾਹ ਰਮਤੁੱਲਾਹ ਲੈ ਦੇ ਇੱਕ ਨੌਕਰ ਹੋਣ ਦੀ ਹਸિયਤ ਨਾਲ ਇੱਕ ਮਾੜੀ ਜੀ ਕੋਸ਼ਿਸ਼ ਏ ਕਿ ਸਾਡੇ ਇਸ ਕੰਮ ਦੇ ਰਾਹੀਂ ਅਸੀਂ ਨਵੀਂ نسل ਜਿਹੜੀ ਹੈ ਉਹਨੂੰ ਦਸੀਏ ਸਾਡਾ ਵਿਸੇਵ ਕੀ ਹੈ ਸਾਡਾ ਕਲਚਰ ਕੀ ਹੈ ਔਰ ਕਿਸਰਾਂ ਦੇ ਦੌਰ ਹੁੰਦੇ ਸਨ ਕਿ ਜਦੋਂ ਲੋਕਾਂ 'ਚ ਬੜਾ ਮੁਹੱਬਤ ਪਿਆਰ ਔਰ ਐਸਾ ਅਮਨ ਹੁੰਦਾ ਸੀ ਕਿ ਜਿਸ ਵੇਲੇ ਨਾ ਕੋਈ ਬੰਬ ਸੀ ਨਾ ਕੋਈ ਤਮਾਕੇ ਸਨ ਮੁਹੱਬਤ ਹੀ ਮੁਹੱਬਤ ਸੀ ਜਦੋਂ ਬੋਰਡ ਹੋਣੇ ਉਹਨਾਂ ਦੇ ਥੱਲੇ ਰਲ ਕੇ ਸਾਰਿਆਂ ਨੇ ਬਹਿਣਾ ਤੇ ਫਿਰ ਸਭ ਨੇ ਮਿਲ ਕੇ ਹੁੱਕਾ ਵੀ ਨਾ ਇਸੇ ਤਰ੍ਹਾਂ ਹੀ ਜਿਸ ਵੇਲੇ ਸਾਡੀਆਂ ਇੱਜ਼ਤ ਵਾਲੀਆਂ ਬੀਬੀਆਂ ਭੈਣਾ ਇਕੱਠੀਆਂ ਹੋਣਾ ਤੇ ਉਹਨਾਂ ਕੀ ਕਰਨਾ ਉਹਨਾਂ ਇੱਕ ਤਰਿੰਜਣ ਬਣਾ ਲੈਣਾ ਤਰਿੰਜਣ ਕੀ ਹੁੰਦਾ ਸੀ ਕਿ ਜਿਵੇਂ ਸਾਡੇ ਕੋਲ ਚਰਖੇ ਮੌਜੂਦ ਨੇ ਉਹਨਾਂ ਨੇ ਚਰਖੇ ਰੱਖ ਕੇ ਕਪਾਹ ਲੈਣੀ ਪੂਣੀਆਂ ਬਣਾਉਣੀਆਂ ਚਰਖੇ ਕਤਨੇ ਛਲੀਆਂ ਬਣਨੀਆਂ ਉਸ ਤੋਂ ਬਾਅਦ ਸੂਤਰ ਬੰਨਣਾ ਤੇ ਫਿਰ ਖੇਸ ਬੰਨਨੇ ਦਰਗੀਆਂ ਬਣਨੀਆਂ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਸਨ ਉਦੋਂ ਪਿਆਰ ਵੀ ਸੀ ਜਿਵੇਂ ਜਿਵੇਂ ਦੌਰ ਬਦਲਦਾ ਜਾਂਦਾ ਹੈ ਇਸੇ ਤਰ੍ਹਾਂ ਪਿਆਰ ਵੀ ਘਟਦਾ ਜਾਂਦਾ ਹੈ ਜਿਵੇਂ ਹੁਣ ਮੈਂ ਦੇਖਾਂ ਮੇਰੇ ਸਾਹਮਣੇ ਪਿੱਤਲ ਦੇ ਬਰਤਨ ਮੌਜੂਦ ਨੇ ਇਹ ਜਿਹੜੇ ਪਿੱਤਲ ਦੇ ਬਰਤਨ ਨੇ ਜਿਨ੍ਹਾਂ ਦੇ ਡਾਡੇ ਸਖਤ ਔਰ ਖਾਣ ਪੀਣ ਦੇ ਹਵਾਲੇ ਨਾਲ ਸਿਹਤ ਵਾਸਤੇ ਚੰਗੇ ਨੇ ਇਹ ਬਰਤਨ ਜਦੋਂ ਹੁੰਦੇ ਸਨ ਇਹ ਕਈ ਕਈ ਸਾਲ ਤੱਕ ਇਹ ਖਰਾਬ ਹੀ ਨਹੀਂ ਸਨ ਹੁੰਦੇ ਤੇ ਐਵੇਂ ਹੀ ਲੋਕਾਂ ਦੇ ਪਿਆਰ ਵੀ ਆਪਸ ਗੂੜੇ ਔਰ ਡਾਡੇ ਹੁੰਦੇ ਸਨ ਜਿਹੜਾ ਇੱਕ ਵਾਰ ਇੱਕ ਨੂੰ ਭਰਾ ਕਹਿ ਛੱਡਦਾ ਸੀ ਤੇ ਰਹਿੰਦੀ ਦੁਨੀਆ ਤੱਕ ਉਹ ਉਹਨੂੰ ਭਰਾ ਹੀ ਸਮਝਦਾ ਸੀ ਤੇ ਇਹ ਬਰਤਨ ਜਿਵੇਂ ਸਾੜ ਤੋਂ ਦੂਰ ਹੋ ਗਏ ਨਵੇਂ ਬਰਤਨ ਆ ਗਏ ਤੇ ਰਿਸ਼ਤੇ ਵੀ ਕਮਜ਼ੋਰ ਹੋ ਗਏ ਫਿਰ ਕਰਦਿਆਂ ਕਰਦਿਆਂ ਅੱਜ ਐਸਾ ਦੌਰ ਆ ਗਿਆ ਹੈ ਕਿ ਇਹਨਾਂ ਪਿੱਤਲ ਦੇ ਬਰਤਨ ਦੀ ਜਗ੍ਹਾ ਜਿਹੜੀ ਹੈ ਡਿਸਪੋਜ਼ੀਬਲ ਜਿਹੜੀਆਂ ਚੀਜ਼ਾਂ ਹੋਈਆਂ ਬਨਾਵਟੀ ਕਾਗਜ਼ੀ ਜਿਨ੍ਹਾਂ ਨੂੰ ਚੀਜ਼ਾਂ ਅਸੀਂ ਕਹਿੰਨੇ ਆ ਉਹਨਾਂ ਦੇ ਆਉਣ ਨਾਲ ਜਿਵੇਂ ਉਹਨੂੰ ਇਸਤੇਮਾਲ ਕਰਕੇ ਸੁੱਟ ਦਿੱਤਾ ਇੰਜ ਹੀ ਅੱਜ ਦੋਸਤੀ ਦਾ ਵੀ ਇੰਨਾ ਕੁ ਮਿਆਰ ਰਹਿ ਗਿਆ ਹੈ ਕਿ ਦੋਸਤ ਕੋਲੋਂ ਫਾਇਦਾ ਲਵੋ ਤੇ ਉਹਦੇ ਕਿਨਾਰਾ ਕਸ਼ੀ ਕਰ ਜਾਓ ਫਿਰ ਟੋਪੇ ਜਿਸ ਵੇਲੇ ਕੋਈ ਪੈਮਾਨਾ ਨਹੀਂ ਸੀ ਹੁੰਦਾ ਉਸ ਵੇਲੇ ਟੋਪਿਆਂ ਦਾ ਇਸਤੇਮਾਲ ਹੁੰਦਾ ਸੀ ਜਦੋਂ ਤੱਕੜੀ ਵੀ ਨਹੀਂ ਸੀ ਹੁੰਦੀ ਕਿ ਟੋਪਿਆਂ ਨਾਲ ਲੋਕੀ ਚੀਜ਼ਾਂ ਲੈਂਦੇ ਸਨ ਔਰ ਦਿੰਦੇ ਸਨ ਪੱਖੀਆਂ ਦਾ ਦੌਰ ਹੁੰਦਾ ਸੀ ਕਿ ਜਦੋਂ ਬਿਜਲੀ ਵੀ ਨਹੀਂ ਸੀ ਹੁੰਦੀ ਤੇ ਲੋਕ ਜਿਹੜੇ ਨੇ ਉਹ ਪੱਖੀਆਂ ਦਾ ਇਸਤੇਮਾਲ ਕਰਨਾ ਖੂਬਸੂਰਤ ਪੱਖੀਆਂ ਬਨਨੀਆਂ ਫਿਰ ਛਾਬੇ ਬੰਨੇ ਸਾਡੀਆਂ ਹੀ ਮਾਵਾ ਨੇ ਸਾਡੀਆਂ ਹੀ ਪਹਿਣਾ ਨੇ ਛਾਬੇ ਬਣਾਣੇ ਛੱਜ ਹੋਣੇ ਖੂੰਡ ਹੋਣੇ ਹੱਥਾਂ ਦੇ ਵਿੱਚ ਅੱਜ ਤੇ ਬੰਦੂਕਾਂ ਔਰ ਅਸਲੇ ਬਹੁਤ ਬਹੁਤ ਆ ਗਏ ਨੇ ਲੇਕਿਨ ਪੁਰਾਣੇ ਦੌਰ ਚ ਖੂੰਡ ਹੁੰਦਾ ਸੀ ਅਸਲ ਚ ਇਹ ਆਸੇ ਤੋਂ ਆਇਆ ਜਿਹੜਾ ਕਿ ਹੱਥ ਚ ਰੱਖਣਾ ਨਬੀਆਂ ਦੀ ਸੁਨਨਤ ਹੈ ਫਿਰ ਸਾਡੇ ਕੋਲ ਕੁਹਾੜੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਅਲਿ ਸੱਲਮ ਨੇ ਇਸ ਕੁਹਾੜੀ ਦਾ ਹਦਰ ਆਪਨੇ ਫਰਮਾਇਆ ਹੈ ਜੇ ਇਸ ਵੇਲੇ ਕਿਸੇ ਨੂੰ ਮਜ਼ਦੂਰੀ ਦੀ ਜ਼ਰੂਰਤ ਸੀ ਤੇ ਕੁਆੜੀ عطا ਕੀਤੀ ਕਿ ਜਾ ਕੇ ਲੱਕੜੀਆਂ ਜੰਗਲ ਚ ਘਟੋ ਇਸੇ ਤਰ੍ਹਾਂ ਦਾਤਰੀਏ ਰੰਬਾਏ ਪੁਰਾਣੇ ਦੌਰ ਦੀ ਲਾਲ ਟੈਂ ਹੈ ਜਦੋਂ ਲਾਲ ਟੈਂ ਦਾ ਦੌਰ ਹੁੰਦਾ ਸੀ ਉਸ ਵੇਲੇ ਕੀ ਸੀ ਕਿ ਚੌਕੀਦਾਰ ਜਿਹੜੇ ਹੁੰਦੇ ਸਨ ਲਾਲ ਟੈਂ ਲੈ ਕੇ ਫਿਰਦੇ ਸਨ ਲੋਕਾਂ ਨੂੰ ਰਾਤ ਜਗਾਉਂਦੇ ਸਨ ਉਹ ਦੱਸਦੇ ਸਨ ਕਿ ਲੋਕੋ ਜਾ ਕੇ ਰਵੋ ਅਸਲ ਜਾਗਣ ਕੀ ਸੀ ਕਿ ਉਠੋ ਅੱਲਾ ਦੀ ਯਾਦ ਚ ਵਸਤ ਹੋ ਜਾਗੋ ਗਾਫਲ ਸੁੱਤੇ ਹੋਏ ਜੇ ਬੇਲਾ ਥੋੜਾ ਹੈ ਉਹ ਸਾਨੂੰ ਚੌਕੀਦਾਰ ਸਾਡੀ ਪ੍ਰਾਪਰਟੀ ਸਾਡੀ ਸਕਾਫਤ ਸਾਡੀ ਇਹਨਾਂ ਚੀਜ਼ਾਂ ਦੀ ਤੇ ਰਾਖੀ ਕਰਦਾ ਹੀ ਸੀ ਮਗਰ ਇਹਦੇ ਨਾਲ ਨਾਲ ਉਹ ਸਾਡੇ ਮਨ ਨੂੰ ਸਾਫ਼ ਕਰਨ ਵਾਸਤੇ ਵੀ ਅੱਲਾ ਨਾਲ ਸਾਡਾ ਜਿਹੜਾ ਰਾਬਤਾ ਕਰਵਾਉਂਦਾ ਸੀ ਫਿਰ ਕਈ ਤਰੰਗਲੀ ਬਾਲਟੀ ਖੇਡਾਂ ਚ ਗੁੱਲੀ ਡੰਡਾ ਫਿਰ ਸਾਡੇ ਕੋਲ ਮੰਜੀਆਂ ਐਸੀਆਂ ਰੰਗीन ਮੰਜੀਆਂ ਹੋਣੀਆਂ ਐਸੀ ਉਹਨਾਂ ਦੀ ਬਣਾਵਟ ਹੋਣੀ ਕਿ ਜਿਹੜੀ ਵੇਖ ਕੇ ਬੰਦਾ ਹੈਰਾਨ ਹੋ ਜਾਂਦਾ ਸੀ ਇੱਕ ਇੱਕ ਗੱਲ ਦੱਸਦਿਆਂ ਦੱਸਦਿਆਂ ਕਾੜਨੇ ਹੋਣੇ ਕਾੜਨੇ ਦਾ ਦੁੱਧ ਹੋਣਾ ਕਾੜਨੇ ਵਿੱਚ ਜਿਸ ਵੇਲੇ ਮੱਝਾਂ ਦਾ ਦੁੱਧ ਆਉਣਾ ਗਾਵਾਂ ਦਾ ਦੁੱਧ ਆਉਣਾ ਉਹਨੇ ਕੜਨਾ ਲਾਲ ਰੰਗ ਦਾ ਹੋ ਜਾਣਾ ਤੇ ਲੋਕਾਂ ਨੇ ਪੀਣਾ ਤੇ ਜਿਹੜਾ ਬੰਦਾ ਪੀ ਲੈਂਦਾ ਸੀ ਉਹਦੀ ਸਾਰੀ ਬਿਮਾਰੀ ਦੂਰ ਹੋ ਜਾਂਦੀ ਸੀ ਅੱਜ ਨਵਾਂ ਦੌਰ ਆ ਗਿਆ ਜੀ ਮਲਾਈ ਨਾ ਖਾਓ ਕਿਉਂ ਨਾ ਬਈ ਖਾਓ ਜਦੋਂ ਤੁਸੀਂ ਕੰਮ ਕਰੋਗੇ ਸਖਤ ਮਿਹਨਤ ਕਰੋਗੇ ਤੇ ਮਲਾਈ ਤੁਹਾਨੂੰ ਫਾਇਦਾ ਦੇਗੀ ਤੇ ਜਦੋਂ ਤੁਸੀਂ ਖਾ ਕੇ ਬੈਠੇ ਰਹੋਗੇ ਫਿਰ ਨਹੀਂ ਫਾਇਦਾ ਦੇਗੀ ਫਿਰ ਚਰਬੀ ਵਧੇਗੀ ਇਸ ਵਾਸਤੇ ਮਿੱਟੀ ਦੇ ਵਰਤਨ ਆਕਾ ਸੱਲੱਲਾਹੁ ਅਲੈਹਿ ਵਸੱਲਮ ਨੇ ਇਸਤੇਮਾਲ ਕੀਤੇ ਤੇ ਮਿੱਟੀ ਦੇ ਬਰਤਨ ਜਿਹੜੇ ਇਹਨਾਂ ਵਿੱਚ ਸ਼ਿਫਾ ਹੈ ਤੰਦੂਰ ਦੀ ਰੋਟੀ ਜਿਹੜੀ ਇਹਦੇ ਵਿੱਚ ਸ਼ਿਫਾ ਹੈ ਸਾਨੂੰ ਚਾਹੀਦਾ ਹੈ ਇਹ ਚੀਜ਼ਾਂ ਦਾ ਅਗਰ ਅਸੀਂ ਇਸਤੇਮਾਲ ਕਰੀਏ ਤੇ ਔਰ ਹਕਮਤ ਨੂੰ ਵੀ ਸਾਹਮਣੇ ਰੱਖਦੇ ਹੋਇਆ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਫਾਇਦਾ ਦਿੰਦੀਆਂ ਨੇ ਤੇ ਮੈਂ ਅੱਜ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਜਿਸ ਵੇਲੇ ਸਾਰੀਆਂ ਚੀਜ਼ਾਂ ਬਣਾਈਆਂ ਇਕੱਠੀਆਂ ਕੀਤੀਆਂ ਤੇ ਇਹਨਾਂ 'ਚ ਇੱਕ ਹੱਲ ਪੰਜਾਲੀ ਅਸੀ ਆਈਟਮ ਸੀ ਜਿਹੜੀ ਸਾਨੂੰ ਕਿਤੇ ਨਹੀਂ ਸੀ ਮਿਲ ਰਹੀ ਤੇ ਫਿਰ ਇਹਨੂੰ ਹਾਸਲ ਕਰਨ ਵਾਸਤੇ ਇੱਕ ਮੇਰਾ ਐਸਾ ਦੋਸਤ ਜਿਹਦਾ ਨਾਮ ਮੁਹੰਮਦ ਅਫਜ਼ਲ ਕਦੀਰ ਮੁਹੰਮਦ ਅਫਜ਼ਲ ਖਦੀਰ ਹੋਰਾਂ ਨੂੰ ਮੈਂ ਜਿਸ ਵੇਲੇ ਗੁਜ਼ਾਰਿਸ਼ ਹੋ ਰਿਕਵੈਸਟ ਕੀਤੀ ਕਿ ਵੀਰ ਜੀ ਸਾਡਾ ਇਹ ਮਸਲਾ ਜਿਹੜਾ ਹੈ ਇਹਨੂੰ ਹੱਲ ਕਰੋ ਤੇ ਸਾਡੇ ਭਾਈ ਨੇ ਕੀ ਕਿਹਾ ਸੁਨੈਨ ਭਾਈ ਮੈਂ ਇਹ ਮਸਲਾ ਤੁਹਾਡਾ ਹੱਲ ਕਰਾਂਗਾ ਜਨਾਬ ਫਾਈ ਅਫਜ਼ਲ ਕਦੀਰ ਮੇਰੇ ਨਾਲ ਇਸ ਵੇਲੇ ਖਲੋਤੇ ਨੇ ਔਰ ਇਹਨਾਂ ਦੇ ਸੱਜੇ ਹੱਥੀ ਹੱਲ ਦਾ ਔਰ ਪੰਜਾਲੀ ਦਾ ਜਿਹੜਾ ਮਾਡਲ ਏ ਇਹਨਾਂ ਨੇ ਬਣਾਇਆ ਔਰ ਨਾਲ-ਨਾਲ ਇਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਇਹ ਹੱਲ ਜਿਹੜੀ ਏ ਇਹਦੇ ਬੜੇ ਪੋਰਸ਼ਨ ਨੇ ਜਿਸ ਵੇਲੇ ਥੱਲੇ ਵਾਲੀ ਚੀਜ਼ ਇਹਨੂੰ ਤੁਸੀਂ ਦੇਖੋਗੇ ਇਹਨੂੰ ਕੋੜ ਕਹਿੰਦੇ ਨੇ ਔਰ ਇਹਦੇ ਨਾਲ ਫਾਲਾ ਲੱਗਾ ਲੋਹੇ ਦਾ ਤੇ ਫੇਰ ਜੰਗੀ ਆ ਜਾਂਦੀ ਏ ਜੰਗੀ ਦੇ ਨਾਲ ਹੱਲ ਆ ਜਾਂਦੀ ਏ ਸਨ੍ਨਾ ਆ ਜਾਂਦਾ ਉਸ ਤੋਂ ਅੱਗੇ ਫਿਰ ਕਿੱਲੀ ਆ ਜਾਂਦੀ ਏ ਜਿਹਦੇ ਨਾਲ ਉੱਤੇ ਜੂਲਾ ਜਿਹਦੀਆਂ ਅਰਲੀਆਂ ਨੇ ਫੱਟਾਂ ਨੇ ਔਰ ਜਿਹਦੇ ਨਾਲ ਉੱਤੇ ਨਾਣ ਹੁੰਦਾ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਰਹੇ ਜੇ ਇਹ ਪਾਈ ਅਫਜ਼ਲ ਜਿਹੜੇ ਨੇ ਇਹ ਹੱਲ ਪੰਜਾਲੀ ਇਹ ਨਾਣੇ ਬਣਾ ਕੇ ਔਰ ਵੱਡੀ ਗੱਲ ਇਹ ਵੇ ਇਹਨਾਂ ਕੋਈ ਸਾਡੇ ਕੋ ਮਿਹਨਤ ਜਾਂ ਉਜਰਤ ਨਹੀਂ ਲਈ ਇਹਨਾਂ ਨੇ ਕਲਚਰ ਔਰ ਸਕਾਫਤ ਦਾ ਪਿਆਰ ਕਰਦੇ ਹੋਏ ਆਇਆ ਇਹ ਗਿਫਟ ਸਾਨੂੰ ਦਿੱਤਾ ਹੈ। ਇਨਸ਼ਾਅੱਲਾ ਬਹੁਤ ਜਲਦ ਇਹ ਜਿੰਨੀਆਂ ਚੀਜ਼ਾਂ ਨੇ ਇਹਦੀ ਇੱਕ 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 ਦੀ ਤਫਸੀਲ ਕਿ ਇਹ ਚੀਜ਼ ਕੀ ਹੈ ਇਹਦੇ ਹਿੱਸਿਆਂ ਦੇ ਨਾਂ ਕੀ ਨੇ ਹਸਨੈਨ ਅਕਬਰ ਬਾਬਾ ਗਰੁੱਪ ਦੀ ਜ਼ੁਬਾਨੀ ਤੁਸੀਂ ਸੁਣੋਗੇ। ਵਾਰਿਸ ਸ਼ਾਹ ਮਿਊਜ਼ੀਅਮ ਇਹ ਜੇਸੀ ਇਹਦੀ ਇਬtida ਕੀਤੀ ਹੈ। ਇਹ ਰਹਿਮਤ ਦੀ ਰਹਿਮਤ ਦੀ ਜਿਹੜੀ ਬਾਰਿਸ਼ ਉਹਦੀ ਪਹਿਲੀ ਕਣੀ ਹੈ। ਇਨਸ਼ਾਅੱਲਾ ਬਹੁਤ ਜਲਦ ਬਾਕੀ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਕਲਚਰ ਔਰ ਸਕਾਫਤ ਦੇ ਹਵਾਲੇ ਦੇ ਨਾਲ ਜਿਹੜੀਆਂ ਚੀਜ਼ਾਂ ਅਸੀਂ ਇਕੱਠੀਆਂ ਕਰ ਸਕਨੇ ਆ ਆਪਣੀ ਇਸ ਨਵੀਂ ਪੌਸ਼ ਨੂੰ ਵਹਾ ਸਕਨੇ ਆ ਕੋਸ਼ਿਸ਼ ਕਰਾਂਗੇ ਜ਼ਰੂਰ ਇਨਸ਼ਾਅੱਲਾ ਬਾਬਾ ਜੀ ਵਾਰਿਸਾ ਸਰਕਾਰ ਦਾ ਮੇਲਾ ਲੱਗਾ ਹੋਇਆ ਹੈ ਤੇ ਜਿਹੜੇ ਦੋਸਤ ਅੱਜ ਮੇਰੇ ਇਸ ਪੈਗਾਮ ਨੂੰ ਸੁਣ ਰਹੇ ਨੇ ਉਹ ਆਉਣ ਆ ਕੇ ਹੀਰ ਵੀ ਸੁਣ ਔਰ ਬਾਬਾ ਜੀ ਨੇ ਜਿਹੜਾ ਕਲਚਰ ਵਗੈਰਾ ਦੱਸਿਆ ਇਹ ਚੋਂ ਇੱਕ ਪੋਰਸ਼ਨ ਵੀ ਦੇਖਣ ਯਾਰ ਜਿੰਦਾ ਸੌਬਤ ਬਾਕੀ ਰੱਬਾ